ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਦਾ ਹਰ ਇੱਕ ਉਮੀਦਵਾਰ ਆਪਣੇ ਚੋਣ ਪ੍ਰਚਾਰ ਦੇ ਵਿੱਚ ਜੁਟਿਆ ਹੋਇਆ ਹੈ, ਜਿੱਥੇ ਲੋਕਾਂ ਦੇ ਨਾਲ ਰਾਬਤਾ ਕਰਕੇ ਉਹਨਾਂ ਤੋਂ ਵੋਟਾਂ ਦੀ ਅਪੀਲ ਕੀਤੀ ਜਾਂਦੀ ਹੈ। ਪਰ ਕਰਮਜੀਤ ਅਨਮੋਲ, ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹ ਪਹਿਲੇ ਅਜਿਹੇ ਉਮੀਦਵਾਰ ਨੇ ਜਿਨ੍ਹਾਂ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ, ਕਿਉਂਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਬਾਕਮਾਲ ਕਲਾਕਾਰ ਨੇ ਤੇ ਗਾਇਕ ਨੇ, ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਨੇ, ਜਿਸ ਕਰਕੇ ਲੋਕ ਉਹਨਾਂ ਦੀ ਇੱਕ ਝਲਕ ਪਾਉਣ ਲਈ ਵੀ ਤਰਸਦੇ ਨੇ। ਤਾਂ ਹੁਣ ਲੋਕਾਂ ਦੇ ਵਿੱਚ ਜਦੋਂ ਕਰਮਜੀਤ ਅਨਮੋਲ ਖੁਦ ਜਾ ਰਹੇ ਨੇ ਡੋਰ ਟੂ ਡੋਰ ਪ੍ਰਚਾਰ ਕਰਨੇ, ਤਾਂ ਲੋਕ ਵੀ ਇਸਦਾ ਬਾਖੂਬੀ ਫਾਇਦਾ ਲੈ ਰਹੇ ਨੇ। ਕਰਮਜੀਤ ਅਨਮੋਲ ਦੇ ਨਾਲ ਖੜ ਖੜ ਕੇ ਫੋਟੋਆਂ ਖਿਚਵਾ ਰਹੇ ਨੇ। ਹਰ ਕੋਈ ਚਾਹੁੰਦਾ ਹੈ ਕਿ ਕੈਮਰੇ ਦੇ ਅੱਗੇ ਕਰਮਜੀਤ ਅਨਮੋਲ ਦੇ ਨਾਲ ਦਿਖਾਈ ਜ਼ਰੂਰ ਦੇਵੇ। ਤਾਂ ਤੁਸੀਂ ਖੁਦ ਵੀ ਦੇਖ ਸਕਦੇ ਹੋ ਉਹਨਾਂ ਤਸਵੀਰਾਂ ਦੇ ਵਿੱਚ, ਜਿਸ ਦੌਰਾਨ ਕਰਮਜੀਤ ਅਨਮੋਲ ਡੋਰ ਟੂ ਡੋਰ ਚੋਣ ਪ੍ਰਚਾਰ 'ਚ ਲੱਗੇ ਹੋਏ ਨੇ, ਤਾਂ ਲੋਕ ਉਹਨਾਂ ਦੇ ਨਾਲ ਖੜ ਕੇ ਸੈਲਫੀਆਂ ਲੈ ਰਹੇ ਨੇ, ਫੋਟੋਆਂ ਕਰਵਾ ਰਹੇ ਨੇ। ਕੋਈ ਇੱਕ ਇੱਕ ਫੈਨ ਨਹੀਂ, ਬਲਕਿ ਪੂਰਾ ਦਾ ਪੂਰਾ ਪਰਿਵਾਰ ਹੀ ਕਰਮਜੀਤ ਅਨਮੋਲ ਦੇ ਨਾਲ ਖੜਾ ਹੋ ਕੇ ਆਪਣੀ ਫੋਟੋ ਕਰਵਾਉਂਦਾ ਨਜ਼ਰ ਆਇਆ। ਇੰਨਾ ਹੀ ਨਹੀਂ, ਚੋਣ ਪ੍ਰਚਾਰ ਦੇ ਦੌਰਾਨ ਕਰਮਜੀਤ ਅਨਮੋਲ ਦੇ ਵੱਲੋਂ ਗੋਲ ਕੱਪਿਆਂ ਦਾ ਸਵਾਦ ਵੀ ਚੱਖਿਆ ਗਿਆ। ਲੋਕਾਂ ਦੇ ਵਿੱਚ ਵੀ ਕਰਮਜੀਤ ਅਨਮੋਲ ਇਸ ਤਰ੍ਹਾਂ ਵਿਚਰੇ ਕਿ ਜਿਵੇਂ ਉਹਨਾਂ ਦਾ ਹੀ ਹਿੱਸਾ ਹੋਣ। ਹਾਲਾਂਕਿ ਕਰਮਜੀਤ ਅਨਮੋਲ ਨੇ ਇਹ ਸਾਫ਼ ਕਿਹਾ ਹੈ ਕਿ ਜੇਕਰ ਲੋਕ ਉਹਨਾਂ ਨੂੰ ਵੋਟ ਪਾਉਂਦੇ ਨੇ, ਉਹਨਾਂ ਨੂੰ ਜਿਤਾਉਂਦੇ ਨੇ, ਤਾਂ ਉਹ ਵੀ ਆਪਣੇ ਸ਼ਹਿਰ ਦੇ ਲੋਕਾਂ ਦੀ ਆਵਾਜ਼ ਬਣਨਗੇ। ਬਸ ਜੀ, ਬਹੁਤ ਪਿਆਰ ਦੇ ਰਹੇ ਲੋਕ, ਬਹੁਤ ਉਤਸ਼ਾਹ ਹੈ ਜੀ ਲੋਕਾਂ ਦੇ ਵਿੱਚ, ਔਰ ਬਹੁਤ ਸਨੇਹ ਨਾਲ ਮਿਲ ਰਹੇ ਆ, ਔਰ ਬੜਾ ਨਿੱਘ ਆ ਰਿਹਾ ਇਹਨਾਂ ਦੇ ਮਿਲਣੀ ਚੋਂ ਰਾਮਪੁਰਾ ਫੂਲ ਦੇ ਲੋਕਾਂ ਦੇ ਵਿੱਚ। ਬਿਲਕੁਲ ਜੀ, ਪੂਰੀ ਉਮੀਦ ਹੈ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਲੋਕ ਜਿਤਾਉਣਗੇ ਜੀ। ਬਹੁਤ ਪਿਆਰ ਮੁਹੱਬਤ ਕਰ ਰਹੇ ਭਾਈ ਬਲਕਾਰ ਸਿੱਧੂ ਨੂੰ, ਇੱਥੇ ਲੋਕ ਬਹੁਤ ਚਾਹੁੰਦੇ ਨੇ ਜੀ, ਔਰ ਬਹੁਤ ਪਿਆਰ ਮੁਹੱਬਤ ਮਿਲ ਰਿਹਾ ਸਾਰਿਆਂ ਵੱਲੋਂ ਜੀ। ਬਿਲਕੁਲ ਜੀ, ਬੜੇ ਵਧੀਆ ਮਾਰਕੀਟ ਦੇ ਵਿੱਚ ਅਸੀਂ ਦਫ਼ਤਰ ਖੋਲ੍ਹਿਆ, ਔਰ ਬੜਾ ਗਰਮਜੋਸ਼ੀ ਦੇ ਨਾਲ ਉੱਥੇ ਸਵਾਗਤ ਹੋਇਆ, ਔਰ ਨੱਚ ਟੱਪ ਕੇ, ਔਰ ਮੇਰਾ ਖਿਆਲ ਪਹਿਲੀ ਵਾਰ ਇੱਦਾਂ ਦਾ ਮਾਹੌਲ ਬਣਿਆ ਹੋਣਾ ਦਫ਼ਤਰ ਖੋਲ੍ਹਣ ਤੇ। ਮੇਰੇ ਬਹੁਤ ਹੀ ਸਤਿਕਾਰਯੋਗ ਰਾਮਪੁਰਾ ਸ਼ਹਿਰ ਵਾਸੀਆਂ ਦਾ, ਦੁਕਾਨਦਾਰ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਵੀ ਇੰਨਾ ਪਿਆਰ ਕੀਤਾ ਮੇਰਾ ਵੀਰ ਕਰਮਜੀਤ ਅਨਮੋਲ ਜੀ ਇੱਥੇ ਆਏ, ਜਿਹੜੇ ਆਪਣੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ। ਸ਼ਹਿਰ ਨੇ ਰੱਜਵਾ ਪਿਆਰ ਦਿੱਤਾ, ਫੁੱਲਾਂ ਦੀ ਵਰਖਾ ਕੀਤੀ, ਹਾਰਾਂ ਨਾਲ ਲੱਦਿਆ ਹੋਇਆ, ਬਾਕੀ ਸਾਰੀ ਆਮ ਆਦਮੀ ਪਾਰਟੀ ਟੀਮ ਦਾ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਆ, ਸਤਿਕਾਰਯੋਗ ਪਿਤਾ ਸਮਾਨ ਵੀ ਆ, ਵੱਡੇ ਵੀਰ ਛੋਟੇ ਵੀਰ, ਤਹਿ ਦਿਲੋਂ ਧੰਨਵਾਦ ਕਰਦਾ ਵੀ ਤੁਸੀਂ ਇੰਨਾ ਮਿਹਨਤ ਕਰ ਰਹੇ ਹੋ, ਤੇ ਵਿਸ਼ਵਾਸ ਵੀ ਤੇ ਪ੍ਰਮਾਤਮਾ ਮਿਹਨਤ ਦਾ ਫਲ ਦੇਊਗਾ। ਆਪਾਂ ਜਿੰਨਾ ਸ਼ਹਿਰ ਚੋਂ ਪਹਿਲਾਂ ਜਿੱਤੇ ਸੀ, ਉਦੋਂ 5000 ਵੋਟ ਜ਼ਿਆਦਾ ਲੈ ਕੇ ਜਿੱਤਾਂਗੇ, ਮੈਨੂੰ ਇੰਨਾ ਪਿਆਰ ਮਿਲ ਰਿਹਾ। ਧੰਨਵਾਦ।